ਕੁਝ ਕ ਸਟੇਟਾਂ ਅਜਿਹੀਆਂ ਨੇ ਜਿੱਥੇ ਖੇਤਰੀ ਪਾਰਟੀਆਂ ਦਾ ਜਿਹੜਾ ਦਮ ਆ ਉਹ ਘਟ ਰਿਹਾ ਪਰ ਪੰਜਾਬ ਹੋਵੇ ਚਾਹੇ ਬੰਗਾਲ ਹੋਵੇ ਚਾਹੇ ਉੱਤਰ ਪ੍ਰਦੇਸ਼ ਹੋਵੇ ਚਾਹੇ ਤਾਮਿਲਨਾਡੂ ਹੋਵੇ ਚਾਹੇ ਆਂਧਰਾ ਹੋਵੇ ਇਹ ਹੈ ਕੇਰਲ ਹੋਵੇ ਕੋਈ ਵੀ ਵੱਡੀ ਛੋਟੀ ਸਟੇਟ ਅਜੇਹੀ ਨਹੀਂ ਹੈ ਪੰਜਾਬ ਵਿੱਚ ਜਿੱਥੇ ਖੇਤਰੀ ਪਾਰਟੀਆਂ ਨਹੀਂ ਹਨ ਬੀਜੇਪੀ ਨੂੰ ਇਦਾਂ ਲੱਗਦਾ ਸੀਗਾ ਕਿ ਉਹਨਾਂ ਨੇ ਮਮਤਾ ਬੇਨਰਜੀ ਦੇ ਪਾਲੇ ਦੇ ਵਿੱਚ ਕੋਈ ਲੀਡਰ ਹੀ ਨਹੀਂ ਛੱਡਿਆ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮੈਡਮ ਮਮਤਾ ਬੇਨਰਜੀ ਦੀ ਉਹ ਆਪਣੀ ਸਾਦਗੀ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਂਦੇ ਨੇ ਤੇ ਪੱਛਮੀ ਬੰਗਾਲ ਦੇ ਵਿੱਚੋਂ ਕਾਮਨਿਸਟ ਰਾਜ ਦਾ ਖਤਮਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਹਰਾਇਆ اسی گل کر لیئے ترینڈ مول کانਗਰਸ ਦੇ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜਦੋਂ ਉਹ ਜਿੱਤੇ ਸਨ ਤਾਂ ਲੋਕ ਬਹੁਤ ਸਾਰੀਆਂ ਉਹਨਾਂ ਦੀਆਂ ਸਾਦਗੀ ਦੀਆਂ ਫੋਟੋਆਂ ਪਾਉਂਦੇ ਸਨ ਤੇ ਕਹਿੰਦੇ ਸਨ ਕਿ ਮੁੱਖ ਮੰਤਰੀ ਸਾਡਾ ਇਹੋ ਜਿਹਾ ਹੋਣਾ ਚਾਹੀਦਾ ਤੇ ਹੁਣ ਬਹੁਤ ਸਾਰੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਮੈਂਬਰ ਵੀ ਆ ਕੇ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਆਪਣਾ ਭਵਿੱਖ ਇਸ ਵਿੱਚ ਦੇਖ ਰਹੇ ਨੇ ਜੀ ਹਰਪ੍ਰੀਤ ਜੀ ਭਾਰਤ ਦੀ ਜਦੋਂ ਅਸੀਂ ਰਾਜਨੀਤੀ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਤੇ ਇਹਦੇ ਵਿੱਚ ਜਿਹੜੀਆਂ ਖੇਤਰੀ ਰਾਜਨੀਤਿਕ ਪਾਰਟੀਆਂ ਜੀ ਜਿਹੜੇ ਉਹਨਾਂ ਦਾ ਜਿਹੜਾ ਯੋਗਦਾਨ ਆ ਉਹਨਾਂ ਨੂੰ ਤੁਸੀਂ ਕਿਤੇ ਵੀ ਕਿਸੇ ਵੀ ਸਟੇਟ ਦੇ ਵਿੱਚ ਅੱਖੋਂ ਪਰੋਖੇ ਨਹੀਂ ਕਰ ਸਕਦੇ ਜੀ ਕੁਝ ਕੁ ਸਟੇਟਾਂ ਅਜਈਆਂ ਨੇ ਜਿੱਥੇ ਖੇਤਰੀ ਪਾਰਟੀਆਂ ਦਾ ਜਿਹੜਾ ਦਮ ਆ ਉਹ ਘਟ ਰਿਹਾ ਪਰ ਪੰਜਾਬ ਹੋਵੇ ਚਾਹੇ ਬੰਗਾਲ ਹੋਵੇ ਚਾਹੇ ਉੱਤਰ ਪ੍ਰਦੇਸ਼ ਹੋਵੇ ਚਾਹੇ ਤਾਮਿਲਨਾਡੂ ਹੋਵੇ ਚਾਹੇ ਆਂਧਰਾ ਹੋਵੇ ਚਾਹੇ ਕੇਰਲ ਹੋਵੇ ਕੋਈ ਵੀ ਵੱਡੀ ਛੋਟੀ ਸਟੇਟ ਅਜਿਹੀ ਨਹੀਂ ਹੈ ਪੰਜਾਬ ਵਿੱਚ ਜਿੱਥੇ ਖੇਤਰੀ ਪਾਰਟੀਆਂ ਨਹੀਂ ਹਨ ਜੀ ਕੁਝ ਸਟੇਟਾਂ ਹਨ ਜਿੱਥੇ ਨਹੀਂ ਹਨ ਜਿਵੇਂ ਗੁਜਰਾਤ ਹੈ ਯਾ ਰਾਜਸਥਾਨ ਹੈ ਇੱਥੇ ਇਹਨਾਂ ਦਾ ਜਿਹੜਾ ਦਮਖਮਿਆ ਉਹ ਘੱਟ ਨਜ਼ਰ ਆਉਂਦਾ ਪਰ ਫੇਰ ਵੀ ਖੇਤਰੀ ਪਾਰਟੀਆਂ ਜਿਹੜੀਆਂ ਆ ਉਹ ਬਹੁਤ ਵੱਡੇ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ ਤੇ ਜਦੋਂ ਅਸੀਂ ਚਾਹੇ 2019 ਦੀਆਂ ਇਲੈਕਸ਼ਨਸ ਦੇਖੀਏ ਤੇ ਚਾਹੇ 14 ਦੀਆਂ ਦੇਖੀਏ ਹਾਲਾਂਕਿ ਅਸੀਂ ਭਾਜਪਾ ਨੂੰ ਬਹੁਤ ਵੱਡੇ ਰੂਪ ਚ ਦੇਖਦੇ ਹਾਂ ਪਰ ਇਹਨਾਂ ਦਾ ਵੋਟ ਪਰਸੈਂਟੇਜ ਜਿਹੜਾ ਆ ਉਹ 30 32 33 ਤੱਕ ਹੀ ਰਹਿੰਦਾ ਹੂੰ ਸੋ ਇਸ ਤਰੀਕੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਜੇ 30 32% ਵੋਟ ਇਹਨਾਂ ਦੀ ਆ ਕਾਂਗਰਸ ਦੀ ਘਟਿਆ ਤੇ ਫਿਰ ਬਾਕੀ ਵੋਟ ਪਰਸੈਂਟੇਜ ਕਿੱਥੇ ਆ ਜੀ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਖੇਤਰੀ ਪਾਰਟੀਆਂ ਕੋਲ ਜੁੜੀ ਹੁੰਦੀ ਆ ਹੂੰ ਉਹ ਵੰਡੀ ਹੋਈ ਹੁੰਦੀ ਆ ਇਸ ਕਰਕੇ ਫਿਰ ਜਿਹੜਾ ਦੂਸਰਾ ਤਰੀਕਾ ਸਾਡੇ ਸਾਹਮਣੇ ਆਉਂਦਾ ਕਿ ਇਸੇ ਕਰਕੇ ਅਸੀਂ ਕਈ ਵਾਰ ਗੱਲ ਕਰਦੇ ਆ ਕਿ ਵੋਟ ਪਰਸੈਂਟੇਜ ਜਿੰਨਾ ਤੇ ਸੀਟਾਂ ਜਿੰਨਾ ਜਿਹੜਾ ਆ ਉਹ ਇੱਕ ਵੱਖੋ ਵੱਖਰਾ ਤਰੀਕਾ ਆ ਭਾਰਤ ਦੇ ਵਿੱਚ ਖਾਸ ਤੌਰ ਤੇ ਜੀ ਹੁਣ ਤੁਸੀਂ ਜਿਹੜੀ ਗੱਲ ਕੀਤੀ ਆ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮੈਡਮ ਮਮਤਾ ਬੇਨਰਜੀ ਦੀ ਉਹ ਆਪਣੀ ਸਾਦਗੀ ਵਾਲੇ ਮੁੱਖ ਮੰਤਰੀ ਦੇ ਤੌਰ ਤੇ ਜਾਣੇ ਜਾਂਦੇ ਨੇ ਨਾਰਮਲ ਜੀ ਲਾਈਫ ਜੀਂਦੇ ਨੇ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਸੀ ਉਹਨਾਂ ਦੇ ਨਾਲ ਕੁਝ ਅਜਿਹਾ ਹੋਇਆ ਉਹਨਾਂ ਨੇ ਪਾਰਟੀ ਛੱਡੀ ਆਪਣੀ ਪਾਰਟੀ ਬਣਾਈ ਤੇ ਪੱਛਮੀ ਬੰਗਾਲ ਦੇ ਵਿੱਚੋਂ ਕਾਮਨਿਸਟ ਰਾਜ ਦਾ ਖਾਤਮਾ ਕੀਤਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਹਰਾਇਆ ਤੇ ਮੇਰਾ ਖਿਆਲ ਹੈ ਹੁਣ ਉਹ ਉੱਥੇ ਮੁੱਖ ਮੰਤਰੀ ਨੇ ਬਹੁਤ ਵੱਡੀ ਜਿੱਤ ਉਹਨਾਂ ਨੇ ਪ੍ਰਾਪਤ ਕੀਤੀ ਹੈ ਬੀਜੇਪੀ ਨੂੰ ਇਦਾਂ ਲੱਗਦਾ ਸੀਗਾ ਕਿ ਉਹਨਾਂ ਨੇ ਮਮਤਾ ਬੇਨਰਜੀ ਦੇ ਪਾਲੇ ਦੇ ਵਿੱਚ ਕੋਈ ਲੀਡਰ ਹੀ ਨਹੀਂ ਛੱਡਿਆ ਜੀ ਇੰਨੇ ਮੁੱਖ ਮੰਤਰੀ ਇੰਨੇ ਮੰਤਰੀ ਇੰਨੇ ਵਿਧਾਇਕ ਉਹਦੋਂ ਤੋੜਲੇ ਸੀ ਕਿ ਉਹਨਾਂ ਨੂੰ ਲੱਗਦਾ ਨਹੀਂ ਸੀਗਾ ਕਿ ਇੱਥੇ ਕੋਈ ਜਿਹੜੀ ਆ ਗੱਲ ਹੋਣ ਕਿਸੇ ਹੋਰ ਦੀ ਬਣੇਗੀ ਹੂੰ ਸਿਆਸੀ ਪੰਡਤ ਵੀ ਇਹ ਸੋਚਦੇ ਸੀ ਕਿ ਬੀਜੇਪੀ ਉੱਥੇ ਬਹੁਤ ਵੱਡਾ ਜਿਹੜਾ ਆ ਜਿੱਤ ਪ੍ਰਾਪਤ ਕਰੇਗੀ ਹੂੰ ਪਰ ਫੇਰ ਵੀ ਕਿਸਾਨ ਅੰਦੋਲਨ ਦੇ ਚੱਲਦਿਆਂ ਜਾਂ ਉਹਨਾਂ ਦੀ ਆਪਣੀ ਮਿਹਨਤ ਦੇ ਚੱਲਦਿਆਂ ਉਹਨਾਂ ਨੇ ਪੱਛਮੀ ਬੰਗਾਲ ਨੂੰ ਸਿਰਫ ਬਚਾਇਆ ਹੀ ਨਹੀਂ ਬੀਜੇਪੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਵੀ ਧਰਿਆ-ਧਰਾਈਆਂ ਰਹਿਣ ਦਿੱਤਾ ਜੀ ਉਸ ਤੋਂ ਚੋਣਾਂ ਦੇ ਦੌਰਾਨ ਹੀ ਬੀਜੇਪੀ ਦੇ ਬਹੁਤ ਵੱਡੇ ਨੇਤਾ ਜਸ਼ਵੰਤ ਸੇਨਾ ਜਿਹੜੇ ਕਿ ਕਦੇ ਫਾਈਨਾਂਸ ਮਿਨਿਸਟਰ ਰਹੇ ਬੀਜੇਪੀ ਦੇ ਵਿੱਚ ਉਹਨਾਂ ਨੇ ਮਮਤਾ ਬੇਨਰਜੀ ਨੂੰ ਜੁਆਇਨ ਕਰ ਲਿਆ ਸੀ ਜੀ ਅੱਜ ਦੀ ਜਿਹੜੀ ਤਾਜ਼ਾ ਖਬਰ ਆ ਮਿਹਗਾਲਿਆ ਤੋਂ ਕਾਂਗਰਸ ਦੇ 17 ਮੈਂਬਰ ਸੀ ਵਿਧਾਨ ਸਭਾ ਦੇ ਤੋਂ ਉਹਨਾਂ ਚੋਂ 12 ਛੱਡ ਕੇ ਟੀਐਮਸੀ ਜੁਆਇਨ ਕਰ ਗਏ ਜੀ ਮਮਤਾ ਬੇਨਰਜੀ ਬੀਤੇ ਦਿਨਾਂ ਦੇ ਵਿੱਚ ਗੋਆ ਦੇ ਵਿੱਚ ਵੀ ਨਜ਼ਰ ਆਏ ਮਮਤਾ ਬੈਨਰਜੀ ਦੀ ਗੱਲ ਜਿਹੜੀ ਆ ਉਹ ਸਾਰੇ ਭਾਰਤ ਦੇ ਵਿੱਚ ਨਜ਼ਰ ਆਉਂਦੀ ਆ ਉਹਨਾਂ ਦੇ ਪਾਰਟੀ ਦੇ ਐਮਪੀ ਤੇ ਐਮਐਲਏ ਜਿਹੜੇ ਆ ਉਹ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਉੱਥੇ ਵੀ ਪਹੁੰਚੇ ਜੀ ਜਦੋਂ ਮਹਾਰਾਸ਼ਟਰ ਦੇ ਸ਼ਰਦ ਜਿਹੜੇ ਨੇ ਸ਼ਰਦ ਪਵਾਰ ਨੇ ਉਹ ਗੱਲ ਕਰਦੇ ਨੇ ਭਾਰਤ ਦੀ ਰਾਜਨੀਤੀ ਦੀ ਤੇ ਉਹ ਵੀ ਮਮਤਾ ਬੈਨਰਜੀ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਨੇ ਜੀ ਹਰਿਆਣਾ ਤੋਂ ਕਾਂਗਰਸ ਦੇ ਬਹੁਤ ਵੱਡੇ ਨੇਤਾ ਅਸ਼ੋਕ ਤਮਰ ਜਿਹੜੇ ਕਿ ਕਦੇ ਹਰਿਆਣਾ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ ਮੇਰੇ ਖਿਆਲ ਆਲ ਇੰਡੀਆ ਯੂਥ ਦੇ ਪ੍ਰਧਾਨ ਵੀ ਰਹੇ ਉਹਨਾਂ ਨੇ ਵੀ ਬੀਤੇ ਦਿਨੀ ਛੱਡ ਕੇ ਕਾਂਗਰਸ ਨੂੰ ਤੇ ਮਮਤਾ ਬੇਨਰਜੀ ਦੀ ਟੀਐਮਸੀ ਨੂੰ ਜੁਆਇਨ ਕਰ ਲਿਆ ਕੀਰਤੀ ਆਯਾਦ ਨੇ ਵੀ ਉਹਨਾਂ ਦੀ ਪਾਰਟੀ ਜੁਆਇਨ ਕੀਤੀ ਪੰਜਾਬ ਦੇ ਵਿੱਚ ਇੱਕ ਵਾਰ ਟੀਐਮਸੀ ਨੇ ਜਗਮੀਤ ਬਰਾੜ ਨੂੰ ਵੀ ਆਪਣਾ ਪ੍ਰਧਾਨ ਬਣਾਤਾ ਸੀ ਪੰਜਾਬ ਦਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਇੰਜ ਲੱਗਦਾ ਅੱਛਾ ਵਿੱਚ ਵਿੱਚ ਖਬਰ ਵਰुण ਗਾਂਧੀ ਦੀ ਵੀ ਆਈ ਸੀ ਜੀ ਕਿ ਉਹ ਵੀ ਯੂਪੀ ਦੇ ਵਿੱਚ ਟੀਐਮਸੀ ਜੁਆਇਨ ਕਰਨਗੇ ਹਮ ਤ੍ਰਣਮੂਲ ਕਾਂਗਰਸ ਪੂਰੇ ਭਾਰਤ ਵਿੱਚ ਫੈਲੇਗੀ ਨਹੀਂ ਫੈਲੇਗੀ ਇਹ ਇੱਕ ਵੱਖਰੀ ਗੱਲ ਹੈ ਜੀ ਇੱਕ ਗੱਲ ਬਿਲਕੁਲ درست ਹੈ ਕਿ ਕਾਂਗਰਸ ਹਾਲੇ ਵੀ ਆਪਣੀਆਂ ਗਲਤੀਆਂ ਤੋਂ ਸਬਕ ਜਿਹੜਾ ਆ ਉਹ ਨਹੀਂ ਸਿੱਖ ਰਹੀ ਹਮ ਹਾਲੇ ਵੀ ਕਾਂਗਰਸ ਦੀ ਜਿਹੜੀ ਟੌਪ ਕਮਾਂਡ ਲੀਡਰਸ਼ਿਪ ਆ ਉਹ ਉਲਜੀ ਹੋਈ ਆ ਹਾਂ ਹਾਲੇ ਵੀ ਕਾਂਗਰਸ ਦੇ ਵਿੱਚ ਜਿਹੜਾ ਉਹ ਜੀ 23 ਵਾਲਾ ਰੌਲਾ ਆ ਉਹ ਬਰਕਰਾਰ ਆ ਜੀ ਮਨੀਸ਼ ਦਿਵਾੜੀ ਪੰਜਾਬ ਤੋਂ ਐਮਪੀ ਨੇ ਤੇ ਉਹਨਾਂ ਦੀ ਇੱਕ ਕਿਤਾਬ ਨੇ ਕਾਂਗਰਸ ਨੂੰ ਫਿਰ ਕਟਹਿਰੇ 'ਚ ਖੜਾ ਕੀਤਾ ਹਾਂ ਕਿ ਬੰਬੇ ਦੇ ਹਮਲਿਆਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਮਰਮੋਨ ਸਿੰਘ ਸਰਕਾਰ ਨੇ ਕੋਈ ਹਮਲਾ ਨਹੀਂ ਕੀਤਾ ਜਾਂ ਅੱਤਵਾਦੀਆਂ ਨਾਲ ਸਖਤੀ ਨਾਲ ਨਜਿੱਠਣ ਦੇ ਵਿੱਚ ਉਹ ਨਾ ਕਾਮਯਾਬ ਰਹੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਅਸੀਂ ਭਾਰਤ ਦੀ ਰਾਜਨੀਤੀ ਦੇ ਵਿੱਚ ਕੁਝ ਵੱਡੇ ਚਿਹਰਿਆਂ ਦੀ ਅਨਹੋਂਦ ਦੇਖਦੇ ਹਾਂ ਜਾਂ ਇਦਾਂ ਕਹਿ ਲਓ ਕਿ ਬੀਜੇਪੀ ਦੇ ਸਾਹਮਣੇ ਖੜੇ ਹੋਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹਨੂੰ ਦਿਨ-ਪ੍ਰਤੀ ਦਿਨ ਘਟਦੇ ਦੇਖਦੇ ਹਾਂ ਉਸ ਵੇਲੇ ਕਾਫੀ ਲੋਕਾਂ ਦਾ ਟੀਐਮਸੀ ਦੇ ਵਿੱਚ ਭਰੋਸਾ ਪ੍ਰਗਟ ਕਰਨਾ ਤੇ ਮੰਮਤਾ ਬੇਨਰਜੀ ਦਾ ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੋ ਸਕਦਾ ਹੈ ਉਹ ਸੋਚਦੇ ਹੋਣ ਕਿ ਉਹ ਇੱਕ ਵੱਡੇ ਲੀਡਰ ਦੇ ਤੌਰ ਤੇ ਪੂਰੇ ਭਾਰਤ ਵਿੱਚ ਪੇਸ਼ ਆਉਣ ਜੀ ਹਾਲ ਦੀ ਘੜੀ ਇਹ ਚੀਜ਼ਾਂ ਜਿਹੜੀਆਂ ਬਹੁਤੀਆਂ ਸਮਝ ਨਹੀਂ ਆਉਂਦੀਆਂ ਲੱਗਦਾ ਨਹੀਂ ਇਦਾਂ ਹੋ ਸਕੇਗਾ ਪਰ ਸਮੇਂ ਨੂੰ ਬਦਲਦਿਆਂ ਸਮਾਂ ਨਹੀਂ ਲੱਗਦਾ 24 ਹਲੇ ਦੂਰ ਆ ਹੋ ਸਕਦਾ ਕੁਝ ਅਜਿਹੇ ਗੱਠਬੰਧਨ ਬਣ ਜਾਣ ਪਹਿਲਾਂ ਤੇ ਇਹ 2-3 ਮਹੀਨਿਆਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਇਹ ਬਹੁਤ ਕੁਝ ਨਿਰਧਾਰਤ ਕਰਨਗੀਆਂ ਜੀ ਉਸ ਤੋਂ ਬਾਅਦ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਵੀ ਨੇ ਇਸ ਸਮੇਂ ਦੇ ਦੌਰਾਨ ਜਿੱਦਾਂ ਇੱਕ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਗੱਲ ਕਰਦੇ ਸੀਗੇ ਕਿ ਜੇਕਰ ਕੁਝ ਚੀਜ਼ਾਂ ਬਦਲੀਆਂ ਜਾਣ ਤੇ ਕੁਝ ਸਮਾਂ ਜ਼ਰੂਰ ਲੱਗੇਗਾ ਭਾਜਪਾ ਨੂੰ ਇੰਨੀ ਜਲਦੀ ਸੈਂਟਰ ਦੀ ਰਾਜਨੀਤੀ ਦੇ ਸੈਂਟਰ ਦੇ ਵਿੱਚੋਂ ਮਾਈਨਸ ਨਹੀਂ ਕੀਤਾ ਜਾ ਸਕਦਾ ਜਾਂ ਪਾਸੇ ਨਹੀਂ ਕੀਤਾ ਜਾ ਸਕੇਗਾ ਪਰ ਫਿਰ ਵੀ ਇੱਕ ਗੱਲ ਤੇ ਕਨਫਰਮ ਹੈ ਕਿ ਸਮੇਂ ਦੇ ਨਾਲ-ਨਾਲ ਬਦਲਾਅ ਤੇ ਆਉਣੇ ਨੇ ਜੇ ਮੰਮਤਾ ਬੇਨਰਜੀ ਦੇ ਮੋਢੇ ਤੇ ਆ ਕੇ ਉਹ ਬਦਲਾਅ ਹੋਣਗੇ ਤੇ ਕੋਈ ਵੱਡੀ ਗੱਲ ਨਹੀਂ ਆ ਕੁਝ ਵੀ ਸੰਭਵ ਹੈ